ਤੇ ਮੈਂ ਵੀ ਇਹ ਫੈਸਲਾ ਕੀਤਾ ਹੋਇਆ ਸੀ ਕਿ ਮੈਂ ਵੱਡਾ ਹੋ ਕੇ ਬੈਂਡ ਮਾਸਟਰ ਬਣਾਗਾ 12 ਕਿ ਸਾਲਾਂ ਦੀ ਉਮਰ ਦੇ ਵਿੱਚ ਬੱਚਾ ਜਿਹੜਾ ਨਾ ਫੈਸਲੇ ਕਰਨ ਲੱਗ ਜਾਂਦਾ ਆਪਣੇ ਉਹ ਇਸ ਕਰਕੇ ਬੱਚੇ ਨੂੰ ਮੈਡੀਕਲ ਚ ਪਾ ਦਿੰਦੇ ਆ ਕਿਉਂਕਿ ਸੰਡੂ ਦਾ ਪੁੱਤਰ ਜਿਹੜਾ ਉਹ ਮੈਡੀਕਲ ਚ ਪਿਆ ਹੋਇਆ ਜਾਂ ਫਲਾਣੇ ਦੀ ਡਾਕਟਰ ਜਿਹੜੀ ਹੈਗੀ ਹੈ ਉਹ ਫਲਾਣੇ ਕੋਰਸ ਵਿੱਚ ਹੈਗੀ ਹੈ ਉਹ ਨਕਲ ਮਾਰ ਕੇ ਫੈਸਲੇ ਕਰ ਦਿੰਦੇ ਕਿ ਫੈਸਲੇ ਜਿਹੜੇ ਨਾ ਪੰਜ ਕਿਸਮ ਦੇ ਹੁੰਦੇ ਆ ਇੱਕ ਠੰਡੇ ਫੈਸਲੇ ਹੁੰਦੇ ਆ ਸਾਡੇ ਸਰਕਾਰ ਨੇ ਇਹ ਸਿਆਣਾ ਕਦਮ ਚੁੱਕਿਆ ਉਹਨਾਂ ਦੀ ਮੁਸੀਬਤ ਵਿੱਚ ਉਹਨਾਂ ਦੀ ਮਦਦ ਕੀਤੀ ਅਤੇ ਉਹ ਸਾਡੇ ਪੱਖ ਵਿੱਚ ਹੋ ਗਏ ਇੱਕ ਚੀਜ਼ ਮੈਂ ਛੋਟੀ ਜੀ ਤੁਹਾਨੂੰ ਪੁੱਛਣਾ ਚਾਹੁੰਦੇ ਆ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕਿ ਬਹੁਤ ਲੰਮਾ ਸਮਾਂ ਤੱਕ ਅਸੀਂ ਨਿਆਣਿਆਂ ਨੂੰ ਇਹ ਚੀਜ਼ ਕਰਦੇ ਨਹੀਂ ਉਹਨਾਂ ਨਾਲ ਕਿ ਤੁਸੀਂ ਆਪਣੇ ਫੈਸਲੇ ਆਪ ਕਰਨੇ ਸਿੱਖੋ ਹਨਾ ਨਿਆਣਿਆਂ ਨੂੰ ਕਿੰਨੇ ਕ ਸਾਲ ਦੀ ਉਮਰ ਤੋਂ ਜਿਹੜੇ ਆਪਣੇ ਫੈਸਲੇ ਨੇ ਉਹ ਆਪ ਕਰ ਲੈਣ ਦੇਣੇ ਚਾਹੀਦੇ ਆ ਜਾਂ ਕਿਵੇਂ ਉਹਨਾਂ ਨੂੰ ਸਿਖਾਇਆ ਜਾ ਸਕਦਾ ਹੈ ਕਿ ਉਹ ਸਿਆਣਪ ਗਿਆਨ ਤੇ ਅਕਲ ਤਿੰਨਾਂ ਨੂੰ ਵਰਤ ਕੇ ਫੈਸਲੇ ਕਰਨ ਨਿਆਣੇ ਦੇ ਇੱਕ ਉਮਰ ਹੁੰਦੀ ਹੈ ਹਾਂਜੀ ਜਦੋਂ ਉਹਦੇ ਡਰੈਸ ਦੇ ਵਿੱਚ ਨਾ ਜੇਬ ਲੱਗ ਜਾਂਦੀ ਹੈ ਹੂੰ ਤੁਸੀਂ ਕਿਸੇ ਨਿਆਣੇ ਨੂੰ ਦੋ ਟੌਫੀਆਂ ਦਿਓ ਹਾਂਜੀ ਇੱਕ ਟੌਫੀ ਉਹ ਖਾ ਲੂਗਾ ਤੇ ਇੱਕ ਜੇਬ 'ਚ ਪਾ ਲੂਗਾ ਮੈਨੂੰ ਯਾਦ ਹੈ ਕਿ ਕੁੜੀ ਮੈਂ ਕੁਲਫੀ ਖਾਦੇ ਉੱਥੇ ਇੱਕ ਹੋਰ ਬੱਚਾ ਖੜਾ ਸੀ ਉਹਦਾ ਵੀ ਦਿਲ ਕਰ ਰਿਹਾ ਸੀ ਖਾਣ ਨੂੰ ਮੈਂ ਉਹਨੂੰ ਵੀ ਲੈ ਦਿੱਤੀ ਤੇ ਉਹ ਜਿਹੜਾ ਸੀ ਨਾ ਕੁਲਫੀ ਨੂੰ ਘਰ ਲੈ ਜਾਣਾ ਚਾਹੁੰਦਾ ਸੀ ਆਪਣੇ ਭੈਣ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਤੇ ਮੈਂ ਉਸਨੂੰ ਕਿਹਾ ਕਿ ਇਹ ਪਿਗਲ ਜਾਏਗੀ ਤੂੰ ਖਾ ਲੈ আচ্ছা ਮਤਲਬ ਉਹਨੇ ਖਾ ਤਾਂ ਲਈ ਪਰੰਤੂ ਉਹ ਦਾ ਮਨ ਜਿਹੜਾ ਸੀ ਨਾ ਆਪਣੀ ਭੈਣ ਦੇ ਨਾਲ ਸ਼ੇਅਰ ਕਰਨ ਦਾ ਸੀਗਾ ਜਦੋਂ ਬੱਚੇ ਦੇ ਡਰੈੱਸ ਦੇ ਵਿੱਚ ਪੌਕਟ ਲੱਗ ਜਵੇ ਤਾਂ ਉਸ ਵੇਲੇ ਉਹ ਆਪਣੇ ਫੈਸਲੇ ਕਰਨ ਦੇ ਯੋਗ ਹੋ ਜਾਂਦਾ ਹੈ ਦੋ ਤਿੰਨ ਸਾਲ ਦਾ ਬੱਚਾ ਹੀ ਨਾ ਤੁਸੀਂ ਉਹਦੇ ਅੱਗੇ ਕੋਈ ਚੀਜ਼ ਰੱਖੋ ਜਿਹੜੀ ਉਹਨੂੰ ਨਹੀਂ ਪਸੰਦ ਉਹ ਪਰੇ ਕਰ ਦੇਗਾ ਤੁਸੀਂ ਚਮਚਾ ਫੜ ਕੇ ਨਾ ਉਹਦੇ ਮੂੰਹ ਦੇ ਵਿੱਚ ਪਾਉਣ ਦਾ ਯਤਨ ਕਰੋ ਉਹ ਕਹੇਗਾ ਨਹੀਂ ਆਪੇ 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 ਪਾਉਂਦਾ ਜਦੋਂ ਬੱਚਾ ਜਿਹੜਾ ਨਾ ਚਮਚਾ ਵਰਤਣ ਦੇ ਯੋਗ ਹੋ ਜਵੇ। ਹੂੰ। ਇਹ ਅੰਗਰੇਜ਼ ਜਿਹੜੇ ਨਾ ਉਹ ਬੜੇ ਸਿਸਟਮੈਟਿਕ ਜ਼ਿੰਦਗੀ ਟੰਗ ਦੇ ਨਾਲ ਜ਼ਿੰਦਗੀ ਜੀਉਂਦੇ ਆ। ਬੱਚਾ ਜਿਹੜਾ ਹੈਗਾ ਉਹ ਡਾਈਨਿੰਗ ਟੇਬਲ ਤੇ ਉਦੋਂ ਬੈਠੇਗਾ ਜਦੋਂ ਉਸ ਨੂੰ ਚਮਚਾ ਤੇ ਕਾਂਟਾ ਵਰਤਣਾ ਆ ਜਾਂਦਾ। ਹੂੰ। ਉਸ ਤੋਂ ਪਹਿਲਾਂ ਉਹ ਵੱਖਰੇ ਮੇਜ਼ ਦੇ ਏ ਕੁਰਸੀ ਤੇ ਬਿਠਾਇਆ ਜਾਏਗਾ ਜਿੱਥੇ ਬੈਠ ਕੇ ਉਹ ਉਹ ਬੇਬ ਜਿਹੜਾ ਅੰਦਰ ਬੇਬੇ ਕਰਨੇ ਉਸਨੂੰ ਉਹ ਹਾਂ ਲਾਉਂਦੇ ਹੈਗੇ ਆ ਤੇ ਇਹ ਬਜ਼ੁਰਗਾਂ ਨੂੰ ਵੀ ਲੋੜ ਪੈਂਦੀ ਹੈਗੀ ਮੈਂ ਵੀ ਜਦੋਂ ਤਿਆਰ ਹੋਇਆ ਹੋਵਾਂ ਤੇ ਮੈਂ ਖਾਣਾ ਖਾਣਾ ਹੋਵੇ ਤੇ ਮੈਂ ਉਹ ਲਾ ਲਾਂਦਾ ਹਾਂ ਤਾਂ ਕਿ ਕੱਪੜੇ ਤੇ ਕੋਈ ਉਹ ਨਾ ਪਵੇ ਸੋ ਬੱਚੇ ਨੂੰ ਮਾਂ ਨਾਲ ਲੈ ਕੇ ਜਾਂਦੀ ਹੈ ਹਮ ਬੱਚੇ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਨੋਟ ਹੈ ਨਾ ਜਿਹੜਾ ਨੋਟ ਦਾ ਤੇ ਚੀਜ਼ ਦੇ ਨਾਲ ਸੰਬੰਧ ਹੈਗਾ ਬਿਲਕੁਲ ਉਹਨੂੰ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਸ਼ੁਰੂ ਦੇ ਵਿੱਚ ਪ੍ਰਭਾਵਿਤ ਕਰਦੀ ਹੈ ਉਹ ਟੌਫੀ ਜਾਂ ਚਾਕਲੇਟ ਹੁੰਦੀ ਹੈ ਹਮ ਬੱਚੇ ਨੂੰ ਚਾਕਲੇਟ ਖਰੀਦਣ ਵਾਸਤੇ ਪੈਸੇ ਬੱਚੇ ਨੂੰ ਫੜਾਓ ਕਿ ਤੂੰ ਅੰਕਲ ਤੋਂ 1 ਰੁਪਏ ਦੀ ਟੌਫੀ ਲਿਆ ਉਹ ਦੇਗਾ ਤੇ ਕਹੇਗਾ ਟੌਫੀ ਦਿਓ ਅੱਛਾ ਉਹਨੂੰ ਉਹਦਾ ਪਤਾ ਲੱਗ ਦੇਗਾ ਨਿੱਕੇ ਨਿੱਕੇ ਜਿਹੜੀਆਂ ਚੀਜ਼ਾਂ ਨੇ ਉਹ ਬੱਚੇ ਨੂੰ ਖਰੀਦਣ ਦਿਓ ਦੀਵਾ ਸਲਾਈ ਦੀ ਡੱਬੀ ਖਰੀਦਣ ਦਿਓ ਕੋਈ ਹੋਰ ਚੀਜ਼ ਜਿਹੜੀ ਆ ਉਹ ਖਰੀਦਣ ਦਿਓ ਉਸ ਦੇ ਨਾਲ ਉਸ ਨੂੰ ਜਿਹੜਾ ਨਾ ਉਹ ਫੈਸਲੇ ਕਰਨ ਦੀ ਯੋਗਤਾ ਜਿਹੜੀ ਹੈਗੀ ਹੈ ਉਹ ਖਰੀਦਣ ਦੀ ਯੋਗਤਾ ਸਿਆਣਪ ਦੀ ਸਿਆਣਪ ਜਿਹੜੀ ਹੈ ਨਾ ਉਹ ਖਰੀਦਣ ਦੇ ਵਿੱਚ ਖਰੀਦਣ ਦੇ ਨਾਲ ਸ਼ੁਰੂ ਹੁੰਦੀ ਆ ਤੁਸੀਂ ਦੇਖਿਆ ਹੋਣਾ ਕਿ ਮੇਰੇ ਨਾਲ ਇੱਕ ਦੋ ਮੁੰਡੇ ਪੜਦੇ ਸੀ ਬੜੇ ਸਾਧਾਰਨ ਲੋਲੇ ਜਿਹਨੂੰ ਕਹਿੰਦੇ ਆ ਬਗਲੋਲ ਜਿਹਨੂੰ ਕਹਿੰਦੇ ਉਹ ਪੰਸਾਰੀ ਦੀ ਦੁਕਾਨ ਬੜੇ ਵਧੀਆ ਚਲਾ ਰਹੇ ਆ ਦੋਵੇਂ ਉਹਨਾਂ ਦਾ ਵਾਹ ਜਿਹੜਾ ਨਾ ਉਹ ਰੋਜ਼ ਤਿੰਨ 400 ਗਾਹਾਂ ਨਾਲ ਪੈਂਦਾ ਹੈਗਾ ਬਿਲਕੁਲ ਉਹ ਤੇ 460 ਗਾਹਕ ਜਿਹੜਾ ਨਾ ਉਹਨਾਂ ਨੂੰ ਸਿਆਣਾ ਬਣਾ ਦਿੰਦੀ ਸੀ ਸੋ ਇਸ ਤਰ੍ਹਾਂ ਇੱਕ ਤੀਵੇਂ ਸੇ ਉਹ ਆਪਣੇ 2-3 ਛੋਟੇ ਨਿਆਣਿਆਂ ਨੂੰ ਨਾਲ ਲੈ ਜਾਂਦੀ ਸੀ ਤੇ ਬਹੁਤੇ ਵਸੀਲੇ ਨਹੀਂ ਸੀ ਪਰਿਵਾਰ ਦੇ ਉਹ ਦੁਕਾਨਦਾਰ ਨੂੰ ਜਿਹੜਾ ਸੀ ਨਾ ਅੱਗੇ ਪਿੱਛੇ ਹੋ ਕੇ ਉਸ ਨੂੰ ਤੇ ਪਿੱਛੋਂ ਬੱਚੇ ਜਿਹੜੇ ਸੀ ਨਾ ਉਹ ਚੀਜ਼ਾਂ ਚੁੱਕ ਹੀ ਜਾਂਦੇ ਸੀ ਕੋਈ ਟੌਫੀ ਚੁੱਕ ਲਈ ਕੋਈ ਚਾਕਲੇਟ ਚੁੱਕ ਲਈ ਵਗੈਰਾ ਵਗੈਰਾ ਜਿਵੇਂ ਸੀ ਉਹ ਮਤਲਬ ਮਾਂ ਉਹਨਾਂ ਬੱਚਾਂ ਨੂੰ ਚੋਰ ਬਣਾ ਰਹੀ ਸੀ ਜੋ ਰੋਣਾ ਰਹੀ ਇਸ ਦਿਨ ਜੋ ਬੱਚੇ ਨੂੰ ਸਿਖਾਓਗੇ ਨਾ ਉਹ ਉਹ ਮੈਂ ਸਿੱਖ ਜਾਏਗਾ ਉਹ ਉਹ ਮੈਂ ਸਿੱਖ ਜਾਏਗਾ ਹਾਂ ਦੇ 12 13 ਸਾਲ ਦੀ ਉਮਰ ਦੇ ਵਿੱਚ ਨਾ ਬੱਚੇ ਨੂੰ ਉਹਦੀ ਪਾਕਟ ਮੰਨੇ ਦਿਓ ਹਾਂ ਪਾਕਟ ਮੰਨੇ ਦੇ ਨਾਲ ਉਸ ਨੂੰ ਖਰੀਦਣ ਦੇ ਖਰਚਣ ਦੇ ਸਕੂਲ ਦੇ ਵਿੱਚ ਜਿਹੜਾ ਨਾ ਸਕੂਲ ਦੇ ਵਿੱਚ ਉਹ ਪੈਸੇ ਨੂੰ ਵੇਸਟ ਵੀ ਕਰੇਗਾ ਤਾਂ ਕੋਈ ਬਹੁਤੀ ਰਕਮ ਨਹੀਂ ਹੁੰਦੀ ਹੈ ਹਾਂ ਉਹ ਮੇਰਾ ਛੋਟਾ ਲੜਕਾ ਜਿਹੜਾ ਸੀ ਉਹਨੂੰ ਸਕੂਲ ਦੇ ਸਮੋਸੇ ਬੜੇ ਚੰਗੇ ਲੱਗਦੇ ਸੀ ਤੇ ਉਹਨੇ ਆਪਣਾ ਏਮ ਹੀ ਬਣਾ ਲਿਆ ਕਿ ਮੈਂ ਵੱਡਾ ਹੋ ਕੇ ਨਾ ਸਮੋਸਿਆਂ ਦੀ ਦੁਕਾਨ ਚਲਾਵਾਂਗਾ ਸਮੋਸਿਆਂ ਦੀ ਦੁਕਾਨ ਖੋਲਾਂਗਾ ਹਾਂਜੀ ਇਹ ਬੱਚਿਆਂ ਦੀ ਸੋਚ ਹੁੰਦੀ ਹੁੰਦੀ ਹੈ ਮੈਨੂੰ ਯਾਦ ਆ ਮੈਂ ਜਦੋਂ ਸਕੂਲ ਚ ਪੜਦਾ ਹੁੰਦਾ ਸੀ ਸਾਡਾ ਬੈਂਡ ਮਾਸਟਰ ਜਿਹੜਾ ਸੀ ਨਾ ਬੜੇ ਰੋਬ ਵਾਲਾ ਬੰਦਾ ਸੀ ਉਹ ਸਾਡੇ ਸਕੂਲ ਦੇ ਵਿੱਚ ਨੇਵੀ ਦੀ ਯੂਨਿਟ ਸੀਗੀ ਐਮਸੀਸੀ ਵੀ ਬਣੀ ਹੋਈ ਸੀ ਤੇ ਉਹਨੂੰ ਵੇਖ ਕੇ ਨਾ ਮੈਂ ਸੱਚ ਦੱਸਦਾ ਤੁਹਾਨੂੰ ਮੈਨੂੰ ਲੱਗਦਾ ਸੀ ਕਿ ਇਹ ਜੋਹਾਰਲਾ ਨਹਿਰ ਨਾਲੋਂ ਮੇਰੇ ਇੰਪੋਰਟੈਂਟ ਬੰਦਾ ਹੈ ਕਰ ਤੇ ਮੈਂ ਵੀ ਇਹ ਫੈਸਲਾ ਕੀਤਾ ਹੋਇਆ ਸੀ ਕਿ ਮੈਂ ਵੱਡਾ ਹੋ ਕੇ ਬੈਂਡ ਮਾਸਟਰ ਬਣਾ ਕਰ ਸੋ ਬੱਚੇ ਦੀ ਸੋਚ ਜਿਹੜੀ ਹੁੰਦੀ ਹੈ ਉਸ ਕਿਸਮ ਦੀ ਹੁੰਦੀ ਆ ਕਾਪੀਆਂ ਕਿਤਾਬਾਂ ਉਹਨੂੰ ਆਪ ਖਰੀਦਣ ਦਿਓ ਮੈਂ ਸ਼ਾਇਦ ਤੁਹਾਨੂੰ ਦੱਸਿਆ ਤੁਸੀਂ ਰਿਪੀਟ ਵੀ ਕੀਤਾ ਇੱਕ ਹੋਰ ਸੀ ਕਿ ਉਹਨੇ ਕਾਪੀ ਮੰਗੀ ਸਟੇਸ਼ਨਰੀ ਦੀ ਦੁਕਾਨ ਤੋਂ ਹਾਂ ਬਿਲਕੁਲ ਉਹਨੇ ਪੁੱਛਿਆ ਵੀ ਜਲਦ ਵਾਲੀ ਦੇਵਾ ਕਿ ਦੂਜੀ ਦੇਵਾ ਉਹਨੇ ਕਿਹਾ ਕੀ ਫਰਕ ਹੈ ਉਹਨੇ ਕਿਹਾ ਜਿੱਦ ਵਾਲੀ ਇਹਨੇ ਦੀ ਹੈ ਤੇ ਦੂਜੀ ਇਹਨੇ ਦੀ ਆ ਉਹਨੇ ਮਹਿੰਗੀ ਸਮਝ ਕੇ ਲੈ ਲਈ ਵੀ ਇਹ ਠੀਕ ਉਹਨੂੰ ਪਸੰਦ ਆ ਜੂਗੀ ਫਿਰ ਉਹਨੇ ਪੁੱਛਿਆ ਲਾਈਨਾਂ ਵਾਲੇ ਦੇ ਆ ਨਹੀਂ ਤਾਂ ਦੂਜੀ ਬਿਨਾ ਲਾਈਨਾਂ ਦੇ ਦੇ ਆ ਉਹਦਾ ਵੀ ਉਹਨੂੰ ਅੰਤ ਮੈਂ ਉਹਨੂੰ ਪੁੱਛਿਆ ਬੀਬੀ ਨੂੰ ਮਾਹ ਬੀਬੀ ਤੇ ਕਿਹਦੇ ਵਾਸਤੇ ਚਾਹੀਦੀ ਹੈ ਕਹਿੰਦੇ ਮੇਰਾ ਪੋਤਾ ਪੜਦਾ ਸਕੂਲ ਦੇ ਵਿੱਚ ਮੈਂ ਕਿਹਾ ਉਹਨੂੰ ਖਰੀਦਣ ਦੇ ਤੋ ਕਦੇ ਵੀ ਉਹਦੀ ਕਾਪੀ ਠੀਕ ਨਹੀਂ ਖਰੀਦ ਕੇ ਲੈ ਕੇ ਆਉਣਗੇ ਸੋ ਬੱਚਿਆਂ ਨੂੰ ਛੋਟੇ ਛੋਟੇ ਫੈਸਲੇ ਕਰਨ ਦੇ ਉਹਨਾਂ ਨੂੰ ਉਹਨਾਂ ਦੀ ਉਮਰ ਨਾਲੋਂ ਛੋਟੇ ਜਿਹੇ ਥੋੜੇ ਜਿਹੇ ਵੱਧ ਉਮਰ ਵਾਲੀਆਂ ਸਮੱਸਿਆਵਾਂ ਮ데요। ਹਮ ਮਿਸਾਲ ਦੇ ਤੌਰ ਤੇ ਉਹਨੂੰ 20 ਰੁਪਏ ਦੇ ਕੇ ਕਹੋ ਕਿ ਤੂੰ ਤਿੰਨ ਮੁੰਡਿਆਂ ਦੇ ਵਿੱਚ ਇਹ ਵੰਡਨੇ ਆ 20 ਰੁਪਏ। ਹਮ ਇੱਕ ਤਾਂ ਬੱਚਿਆਂ ਨੂੰ ਪਾਣ ਦਿਓ। ਪਾਣ ਜਿਹੜੀ ਹੈ ਜਾਂ ਛੋਟੇ ਨੋਟ ਦਿਓ। ਜਦੋਂ ਉਹਨਾਂ ਨੂੰ ਪੈਸੇ ਦਾ ਅਰੇਂਜ ਕਰਨਾ ਆ ਜਾਏਗਾ ਨਾ ਉਸ ਦੇ ਨਾਲ ਉਹ ਠੀਕ ਕਰ ਲੈਣਗੇ। ਇੱਕ ਵਾਰੀ ਮੈਂ ਬੱਚਿਆਂ ਨੂੰ ਕਿਹਾ ਕਿ ਇਹ ਕੁਰਸੀਆਂ ਪਈਆਂ ਇੱਥੇ ਲੋਕਾਂ ਨੇ ਬੈਠਣਾ ਹੈ। ਤੁਸੀਂ ਕੁਰਸੀਆਂ ਜਿਹੜੀਆਂ ਨਾ ਉਹ ਲਾਈਨ ਖਿਲਾ ਦਿਓ। ਤੇ ਉਹਨਾਂ ਨੇ ਆਪਣੀ ਅਕਲ ਦੇ ਅਨਸਾਰ ਉਹ ਲਾਜ਼ਤੀਆਂ ਜਿਹੋ ਦੀਆਂ ਲਾਈਆਂ ਲਾਉਣੀਆਂ ਸੀ ਲਾ ਸਕਦੇ ਸੀ। ਉਹਦੇ ਵਿੱਚ ਇੰਪਰੂਵਮੈਂਟ ਪੋਸੀਬਲ ਹੁੰਦੀ ਹੈ। ਹੂੰ। ਉਹਨਾਂ ਨੂੰ ਕੋਈ ਇਨਸਟਰੂਮੈਂਟ ਸਿਖਾਓ। ਉਹ ਵਜਾਉਣ ਦੇ ਨਾਲ ਉਹਨਾਂ ਨੂੰ ਹੱਥਾਂ ਦੀ ਜਿਹੜੀ ਵਰਤੋਂ ਜਿਹੜੀ ਆ ਜਾਏਗੀ। ਉਹਨਾਂ ਨੂੰ ਨਿੱਕੇ-ਮੋਟੇ ਕੰਮ ਸਿਖਾਓ ਉਹਦੇ ਨਾਲ ਉਹ ਆਪਣੇ ਫੈਸਲੇ ਆਪ ਕਰਨ ਦੇ ਯੋਗ ਹੋ ਜਾਣਗੇ ਤੇ ਜਿੱਥੇ ਉਹ ਆਪਣੀ ਉਮਰ ਦੇ ਬੱਚਿਆਂ ਦੇ ਨਾਲ ਕਿਧਰੇ ਜਾ ਸਕਣ ਉਹਨਾਂ ਨੂੰ ਜਾਣ ਦਿਓ ਅਧਿਆਪਕ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੂੰ ਜਾਣ ਦਿਓ ਉਹ ਆਪਣੇ ਫੈਸਲੇ ਆਪ ਕਰ ਲੈਣਗੇ ਤੇ ਜੇਕਰ ਤੁਸੀਂ ਕਿਸੇ ਬੱਚੇ ਨੂੰ ਪੁੱਛ ਲਓ ਨਾ ਕਿ ਕੱਲ ਤੇਰਾ ਉੱਥੇ ਜਾਣਾ ਤੈਨੂੰ ਕੀ ਬਣਾ ਕੇ ਦੇ ਆ ਨਾਲ ਖਾਣ ਵਾਸਤੇ ਉਹ ਤੁਹਾਨੂੰ ਦੱਸੇ ਹੂੰ ਫੈਸਲੇ ਨਿੱਕੇ ਨਿੱਕੇ ਕਰਨ ਦੇਉ 12 ਸਾਲਾਂ ਦੀ ਉਮਰ ਦੇ ਵਿੱਚ ਬੱਚਾ ਜਿਹੜਾ ਨਾ ਫੈਸਲੇ ਕਰਨ ਲੱਗ ਜਾਂਦਾ ਆਪਣੇ ਜਦੋਂ ਉਹ ਕਾਲਜ ਵਿੱਚ ਜਾਂਦਾ ਹੈ ਸਕੂਲ ਤੋਂ ਉਸ ਵੇਲੇ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਹੜਾ ਕੋਰਸ ਕਰਨਾ ਹੈ ਬਹੁਤੇ ਮਾਪੇ ਜਿਹੜੇ ਹਨ ਉਹ ਆਪ ਵੀ ਨਹੀਂ ਫੈਸਲਾ ਕਰ ਸਕਦੇ ਔਰ ਇਸ ਕਰਕੇ ਬੱਚੇ ਨੂੰ ਮੈਡੀਕਲ ਚ ਪਾ ਦਿੰਦੇ ਆ ਕਿਉਂਕਿ ਸੰਡੂ ਦਾ ਪੁੱਤਰ ਜਿਹੜਾ ਉਹ ਮੈਡੀਕਲ ਚ ਪਿਆ ਹੋਇਆ ਜਾਂ ਫਲਾਣੇ ਦੀ ਡਾਕਟਰ ਜਿਹੜੀ ਹੈਗੀ ਹੈ ਉਹ ਫਲਾਣੇ ਕੋਰਸ ਵਿੱਚ ਹੈਗੀ ਹੈ ਉਹ ਨਕਲ ਮਾਰ ਕੇ ਫੈਸਲੇ ਕਰਦੇ ਨੇ ਬਹੁਤ ਸਾਰੇ ਲੋਕ ਮਕਾਨ ਵੀ ਨਹੀਂ ਬਣਾਉਂਦੇ ਹਨ ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ ਵੀ ਅਸੀਂ ਮਕਾਨ ਕਿਹੋ ਜਿਹਾ ਬਣਾਉਣਾ ਆਰਕੀਟੈਕਟ ਕਰਦੇ ਨਹੀਂ ਉਹ ਉਹ ਮਿਸਤਰੀ ਨੂੰ ਕਿਸੇ ਮਕਾਨ ਚ ਲੈ ਜਾਣਗੇ ਵੀ ਇਹੋ ਜਿਹਾ ਮਕਾਨ ਬਣਾ ਦੇ ਹਾਂ ਕਿਤੇ ਵੇ ਜਾਓ ਧਿਆਨ ਨਾਲ ਵੇਖੋ ਹਰ ਘਰ ਦੇ ਵਿੱਚ ਸੋਫਾ ਹੁੰਦਾ ਹੈ ਸੋਫਾ ਰੱਖਣ ਦਾ ਢੰਗ ਵੱਖਰਾ ਹੁੰਦਾ ਹਰ ਘਰ ਦੇ ਵਿੱਚ ਚੀਜ਼ਾਂ ਬਣਦੀਆਂ ਉਹ ਚੀਜ਼ਾਂ ਬਣਾਉਣ ਦਾ ਢੰਗ ਵੱਖਰਾ ਹੁੰਦਾ ਜਦੋਂ ਕਿਸੇ ਔਰਤ ਦੀ ਬਣਾਈ ਹੋਈ ਡਿਸ਼ ਮਹਿਮਾਨਾਂ ਨੂੰ ਪਸੰਦ ਆਉਂਦੀ ਹੈ ਤਾਂ ਉਸ ਨੂੰ ਖੁਸ਼ੀ ਹੁੰਦੀ ਹੈ ਅਗਲੇ ਵਾਰੇ ਉਹ ਡਿਸ਼ ਫੇਰ ਬਣਾਉਂਦੀ ਆ ਜਦੋਂ ਫੇਰ ਬਣਾਉਂਦੀ ਆ ਫੇਰ ਪਸੰਦ ਆਉਂਦੀ ਆ ਫੇਰ ਉਹ ਉਸ ਦੀ ਪੱਕੀ ਡਿਸ਼ ਬਣ ਜਾਂਦੀ ਹੈਗੀ ਤੇ ਉਹ ਮਹਿਮਾਨਾਂ ਨੂੰ ਪ੍ਰਸੰਨ ਕਰਨ ਵਾਸਤੇ ਇਸੋ ਅਗਲੀ ਗੱਲ ਹੈਗੀ ਹੈ ਕਿ ਫੈਸਲੇ ਜਿਹੜੇ ਹਨ ਪੰਜ ਕਿਸਮ ਦੇ ਹੁੰਦੇ ਹੈ ਇੱਕ ਠੰਡੇ ਫੈਸਲੇ ਹੁੰਦੇ ਹੈ ਉਹਨਾਂ ਦੇ ਵਿੱਚ ਸੋਚਣ ਦੀ ਲੋੜ ਨਹੀਂ ਪੈਂਦੀ ਹੈ ਮਿਸਾਲ ਦੇ ਤੌਰ ਤੇ ਨੌਕਰੀਆਂ ਨਿਕਲੀਆਂ ਤੇ ਉਥੇ ਰਿਕੁਆਇਰਮੈਂਟ ਹੈ ਕਿ 60% ਘੱਟੋ ਘੱਟ ਨੰਬਰ ਹੋਣਾ ਚਾਹੀਦੇ ਜਿਨ੍ਹਾਂ ਦੇ 58.59 ਹੈ 58 ਹੈ 57 ਉਹ ਪਰੇ ਕਰ ਦਿੱਤੇ ਜਾਣਗੇ ਉਨਾ ਬਾਰੇ ਸੋਚਿਆ ਨਹੀਂ ਜਾਏਗਾ ਯਾਰ ਇਹ ਸਾਡੇ 58 ਹੈਗਾ ਇਹਨੂੰ ਆਪਾਂ 60 ਦੀ ਪਾਲਨੇ ਐਵੇਂ ਨਹੀਂ ਚਲੇਗਾ ਦੂਜੀ ਕਿਸਮ ਦੇ ਫੈਸਲੇ इमोशनल ਫੈਸਲੇ ਹੁੰਦੇ ਆ ਕਈ ਵਾਰੀ ਅਸੀਂ ਇੱਕ ਬੱਚੇ ਨੂੰ ਜ਼ਿਆਦਾ ਹਿੱਸਾ ਦੇ ਦਿੰਨੇ ਆ ਉਹਦਾ ਕਿਉਂਕਿ ਉਹਨੂੰ ਉਹ ਚੀਜ਼ ਪਸੰਦ ਹੁੰਦੀ ਹੈ ਜਾਂ ਸਾਡਾ ਉਹ ਬੱਚਾ ਫੇਵਰਟ ਹੁੰਦਾ ਫਾਦਰ ਹਮੇਸ਼ਾ ਧੀ ਦੇ ਸਬੰਧ ਵਿੱਚ ਪੱਖਪਾਤ ਕਰਦਾ ਮਤਲਬ ਉਹਦੇ ਪੱਖ ਵਿੱਚ ਵੇਦ ਪਾਪ ਕਰਦਾ ਤੇ ਇਹਨੂੰ ਫੇਵਰ ਕਰਦਾ ਤੇ ਮਾਂ ਜਿਹੜੇ ਹੈਗੇ ਆ ਆਪਣੇ ਪੁੱਤਰ ਨੂੰ ਜੇ ਉਸ ਕਈ ਵਾਰੀ ਲੁਕਾ ਕੇ ਦੇ ਦਿੰਦੀ ਹੁੰਦੀ ਹੂੰ ਲੁਕਾ ਕੇ ਵੀ ਦੇ ਦਿੰਦੀ ਹੈਗੀ ਸੋ ਇਹ ਇਮੋਸ਼ਨਲ ਫੈਸਲੇ ਹੁੰਦੇ ਹਨ ਤੀਜੇ ਫੈਸਲੇ ਜਿਹੜੇ ਹਨ ਉਹ ਪੋਲੀਟੀਕਲ ਫੈਸਲੇ ਹੁੰਦੇ ਹਨ ਪਿੱਛੇ ਜਿਹੇ ਤੁਰਕੀ ਦੇ ਵਿੱਚ ਪੁਚਾਲ ਆਇਆ ਸੀ 50 ਹਜ਼ਾਰ ਬੰਦਾ ਮਰ ਗਿਆ ਸੀ ਭਾਰਤ ਸਰਕਾਰ ਨੇ ਤੁਰਕੀ ਨੂੰ ਆਪਣੇ ਡਾਕਟਰ ਭੇਜਿਆ ਨਰਸਾਂ ਭੇਜੀਆਂ ਦਵਾਈਆਂ ਭੇਜੀਆਂ ਹੋਰ ਸਮਾਨ ਭੇਜਿਆ ਤੁਰਕੀ ਜਿਹੜਾ ਸੀ ਸਾਡਾ ਵਿਰੋਧੀ ਦੇਸ਼ ਸੀ ਤੁਰਕੀ ਕਸ਼ਮੀਰ ਦੇ ਮਾਮਲੇ ਵਿੱਚ ਸਾਡੀ ਵਿਰੋਧਤਾ ਕਰਦਾ ਸੀ ਸਾਡੇ ਸਰਕਾਰ ਨੇ ਇਹ ਸਿਆਣਾ ਕਦਮ ਚੁੱਕਿਆ ਉਹਨਾਂ ਦੀ ਮੁਸੀਬਤ ਵਿੱਚ ਉਹਨਾਂ ਦੀ ਮਦਦ ਕੀਤੀ ਅਤੇ ਉਹ ਸਾਡੇ ਪੱਖ ਵਿੱਚ ਹੋ ਗਏ ਮਤਲਬ ਉਹ ਉਹ ਜਿਹੜਾ ਬਿਆਨ ਦਿੰਦੇ ਹੈਗੇ ਉਹ ਸਾਡੇ ਪੱਖ ਵਿੱਚ ਦਿੰਦੇ ਹੈਗੇ ਇਹ ਪੋਲਿਟੀਕਲ ਫੈਸਲੇ ਹੁੰਦੇ ਹਨ ਇਸੇ ਤਰੀਕੇ ਨਾਲ ਇੱਕ ਟਿੱਟ ਫਾਰ ਟੈਟ ਫੈਸਲਾ ਹੁੰਦਾ ਵੀ ਅੱਛਾ ਉਹਨੇ ਐਵੇਂ ਕੀਤਾ ਨਹੀਂ ਨਹੀਂ ਤਸਾ ਪਾਕਿਸਤਾਨ ਨੇ ਸਾਡੇ 4 ਬੰਦੇ ਜਿਹੜੇ ਐਮਬੈਸੀ ਚੋਂ ਫੜ ਲਏ ਆ ਅਸੀਂ ਵੀ ਉਹਨਾਂ ਦੇ 4 ਬੰਦੇ ਫੜ ਲਵਾਂਗੇ ਇਹ ਟਿੱਟ ਫਾਰ ਟੈਟ ਫੈਸਲਾ ਹੁੰਦਾ ਹੈ ਇਸੇ ਤਰੀਕੇ ਨਾਲ ਪੈਰਾਡਾਕਸਿਕਲ ਫੈਸਲੇ ਹੁੰਦੇ ਆ ਅਸੀਂ ਆਪਣੇ ਦੁਸ਼ਮਣ ਦੇ ਪੱਖ ਵਿੱਚ ਵੀ ਕਈ ਵਾਰੀ ਫੈਸਲਾ ਕਰ ਦਿੰਦੇ ਆ ਮਤਲਬ ਹਮਦਾ ਤਾਂ ਸਾਡਾ ਦੁਸ਼ਮਣ ਹੈ ਪਰੰਤੂ ਉਸ ਦੇ ਜਿਹੜੇ ਹੈ ਨਾ ਉਹ ਇੱਕ ਲਖਨਊ ਦੇ ਵਿੱਚ ਇੱਕ ਬਦਮਾਸ਼ ਸੀ ਲਖਨਊ ਦੇ ਵਿੱਚ ਹਰ ਮਹੱਲੇ ਦਾ ਆਪਣਾ ਬਦਮਾਸ਼ ਹੁੰਦਾ ਹੁੰਦਾ ਤੇ ਇੱਕ ਬਦਮਾਸ਼ ਦੇ ਪੁੱਤਰ ਦਾ ਵਿਆਸੀ ਚਾਰ ਮਹੱਲੇ ਛੱਡ ਕੇ ਉਸ ਬਦਮਾਸ਼ ਨੇ ਆਪਣੇ ਪੁੱਤਰ ਦੇ ਬਰਾਤ ਵਿੱਚ ਆਪ ਨਹੀਂ ਗਿਆ ਬਰਾਤ ਭੇਜ ਦਿੱਤੀ ਵੀ ਜਿਹੜਾ ਉਸ ਇਲਾਕੇ ਦਾ ਬਦਮਾਸ਼ ਹੈ ਨਾ ਉਹ ਪਿਤਾ ਦੀਆਂ ਰਸਮਾਂ ਨਿਭਾਏਗਾ ਅੱਛਾ ਜੀ ਉਹਨੇ ਨਿਭਾਈਆਂ ਵੀ ਉਹਨੇ ਨਿਭਾਈਆਂ ਵੀ ਉਹ ਜੋ ਬਦਮਾਸ਼ ਹੈ ਉਹ ਜੋ ਦੁਸ਼ਮਣ ਹੈ ਪਰ ਇਹ ਪੈਰਾਡਾਕਸਿਕਲ ਫੈਸਲਾ ਹੈ ਇਹ ਕਈ ਵਾਰੀ ਕੀਤਾ ਜਾਂਦਾ ਹੈ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀ ਜੇਕਰ ਦੋ ਦੁਸ਼ਮਣ ਇੱਕ ਦੂਜੇ ਨੂੰ ਰਸਤੇ ਵਿੱਚ ਮਿਲ ਜਾਂਦੇ ਸੀ ਨਾ ਤੇ ਉਹਨਾਂ ਕੋਲ ਹਥਿਆਰ ਵੀ ਹੁੰਦੇ ਸੀ ਤੇ ਜੇਕਰ ਇੱਕ ਦੇ ਨਾਲ ਉਸ ਦੀ ਵਾਈਫ ਹੁੰਦੀ ਸੀ ਤਾਂ ਉਹ ਜਿਹੜਾ ਦੁਸ਼ਮਣ ਸੀ ਉਸ ਤੇ ਹਮਲਾ ਨਹੀਂ ਸੀ ਕਰਦਾ ਹਾਂ ਬਲਕਿ ਉਹਦੀ ਰੱਖਿਆ ਕਰਦਾ ਸੀ ਸੋ ਇਹ ਪੈਰਾਡੋਕਸਿਕਲ ਫੈਸਲੇ ਹੈਗੇ ਪੈਰਾਡੋਕਸਿਕਲ ਫੈਸਲੇ ਵੀ ਸਾਨੂੰ ਕਈ ਵਾਰੀ ਕਰਨਾ ਪੈਂਦਾ ਹੈ ਹਰ ਫੈਸਲੇ ਦੇ ਨਾਲ ਕਿਸੇ ਨਾ ਕਿਸੇ ਦਾ ਹਿੱਤ ਜੁੜਿਆ ਹੁੰਦਾ ਜੇ ਤੁਸੀਂ ਕਿਸੇ ਸੰਸਥਾ ਦੇ ਪੱਖ ਵਿੱਚ ਫੈਸਲਾ ਕਰੋਗੇ ਕਿਸੇ ਵਿਅਕਤੀ ਦੇ ਪੱਖ ਵਿੱਚ ਨਹੀਂ ਸੰਸਥਾ ਕਿਸੇ ਸੰਸਥਾ ਦੇ ਪੱਖ ਵਿੱਚ ਉਹ ਪ੍ਰਮਾਨ ਹੋ ਜਾਏਗਾ ਮੈਂ ਯੂਨੀਵਰਸਿਟੀ ਦੇ ਵਿੱਚ ਡਾਇਰੈਕਟਰ ਸਿ ਪਬਲਿਕ ਰਿਲੇਸ਼ਨ ਦਾ ਇੱਕ ਔਰਤ ਆਪਣੀ ਤੀਜ ਦੇ ਨਾਲ ਮੇਰੇ ਦਫ਼ਤਰ ਵਿੱਚ ਆ ਗਈ ਗਲਤੀ ਨਾਲ ਆ ਗਈ ਮੇਰਾ ਦਫਤਰ ਜਿਹੜਾ ਸੀ ਵਾਈਸ ਚਾਂਸਰ ਦੇ ਦਫਤਰ ਦੇ ਪਹਿਲੇ ਕਮਰੇ ਵਿੱਚ ਸੀਗਾ ਹੂੰ ਤੇ ਉਸ ਨੇ ਕਿਹਾ ਕਿ ਮੇਰੀ ਧੀ ਦਾ ਇਮਤਿਹਾਨ ਹੈ ਤੇ ਮੈਂ ਇਸ ਦੀ ਫੀਸ ਨਹੀਂ ਦੇ ਸਕਦੀ ਹੂੰ ਇਸ ਦੀ ਫੀਸ ਮਾਫ ਕਰਵਾਉਣੀ ਹੈਗੀ ਯੂਨੀਵਰਸਿਟੀ ਵਿੱਚ ਫੀਸ ਜਿਹੜੀ ਐਗਜ਼ਾਮੀਨੇਸ਼ਨ ਫੀਸ ਹਨ ਉਹ ਨਹੀਂ ਮਾਫ ਹੁੰਦੀ ਹੁੰਦੀ ਜਿਹੜੀ ਕਲਾਸ ਦੀ ਫੀਸ ਹੈ ਉਹ ਤਾਂ ਮਾਫ ਹੋ ਜਾਂਦੀ ਹੈ ਮੈਨੂੰ ਲੱਗਿਆ ਬਈ ਇਹਦੀ ਮਦਦ ਕਰਨ ਦੀ ਲੋੜ ਹੈਗੀ ਐ ਉਹ ਭਾਂਡੇ ਮਾਂ ਦੀ ਸੀ ਤੀਨੀ ਭਾਂਡੇ ਮਾਂ ਦੇ ਆਪਣੇ ਤੀਨ ਨੂੰ ਪੜਾ ਰੇ ਸੀ ਤੇ ਮੈਂ ਉਸ ਨੂੰ ਮੈਂ ਆਪਣੇ ਮਨ ਚ ਸੋਚਿਆ ਵਾਈਸ ਚਾਂਸਰ ਨਾਲ ਕੀ ਗੱਲ ਕਰਾਂ ਮੈਂ ਵਾਈਸ ਚਾਂਸਰ ਸਾਹਿਬ ਕੋਲ ਨੂੰ ਲੈ ਗਿਆ ਮੈਂ ਕਿਹਾ ਜੀ ਇਹ ਇਹਦੀ ਐ ਪ੍ਰੋਬਲਮ ਹੈਗੀ ਐ ਹੂੰ ਕਹਿੰਦਾ ਮੈਂ ਫੀਸ ਤਾਂ ਮਾਫ ਕਰ ਨਹੀਂ ਸਕਦਾ ਮੈਂ ਕਿਹਾ ਜੀ ਕੇਸ ਮੈਂ ਬਣਾ ਕੇ ਲਿਆਉਣਾ ਹੈਗਾ ਯੂਨੀਵਰਸਿਟੀ ਦਾ ਕੰਮ ਵਿਦਿਆਫ ਲਾਉਣਾ ਆ ਹੂੰ ਹੂੰ ਤੇ ਇਹ ਇਹਨੂੰ ਹੋਰ ਇਹਨੇ ਫੀਸ ਨੇ ਮaaf ਕਰਵਾਈ ਐ ਐਗਜ਼ਾਮੀਨੇਸ਼ਨ ਫੀਸ ਦੇ ਨਹੀਂ ਸਕਦੀ ਹੈ ਹਮ ਵਾਈਸ ਚਾਂਸਲਰ ਉਸ ਦੇ ਮਸਲੇ ਨੂੰ ਸਿੰਡੀਕੇਟ ਵਿੱਚ ਲੈ ਗਿਆ ਸਿੰਡੀਕੇਟ ਨੇ ਪਾਸ ਕਰ ਦਿੱਤਾ ਵੀ ਇਸ ਲੜਕੀ ਦੀ ਫੀਸ ਮaaf ਕੀਤੀ ਚੰਦੀ ਐ ਤੇ ਜੇਕਰ ਇਹ ਇਮਤਿਹਾਨ ਪਾਸ ਕਰਦੀ ਜਾਵੇ ਤਾਂ ਇਸ ਤੋਂ ਅਗਲੇ ਵੀ ਕਿਸੇ ਵੀ ਇਮਤਿਹਾਨ ਦੀ ਫੀਸ ਨਹੀਂ ਲਈ ਜਾਵੇ ਮਤਲਬ ਕਿ ਕਹਿ ਤੋ ਭਾਵੇਗਾ ਇਹ ਫੈਸਲਾ ਜਿਹੜਾ ਸੀ ਇਹ ਸੰਸਥਾ ਵੱਲੋਂ ਕੀਤਾ ਜਾ ਰਿਹਾ ਕਿਸੇ ਵਿਅਕਤੀ ਵੱਲੋਂ ਨਹੀਂ ਸੀ ਕੀਤਾ ਜਾ ਰਿਹਾ ਵਿਅਕਤੀ ਦੇ ਹਿੱਤ ਵਿੱਚ ਤਾਂ ਵਿਰੋਧ ਹੋ ਸਕਦਾ ਹੈ ਪਰੰਤੂ ਸੰਸਥਾ ਜਿਹੜੀ ਹੈ ਨਾ ਉਹਦਾ ਵੱਡਾ ਹੁੰਦਾ ਹੁੰਦਾ ਜਿਹੜੇ ਫੈਸਲੇ ਕਰਦੇ ਹਨ ਸੌਖਿਆ ਕਰ ਲੈਂਦੇ ਹਨ ਉਹਨਾਂ ਵਿੱਚ ਕੀ ਗੁਣ ਹੁੰਦੇ ਹਨ ਲੀਡਰ ਫੈਸਲਾ ਕਰਦੇ ਹਨ ਜਿਹੜਾ ਫੈਸਲਾ ਕਰੇ ਉਸ ਨੂੰ ਅਸੀਂ ਲੀਡਰ ਕਹਿਣ ਲੱਗ ਪੈਂਦੇ ਹਾਂ ਬਿਲਕੁਲ ਉਸ ਨੂੰ ਲੀਡਰ ਫੈਸਲੇ ਕਰਦਾ ਇਸ ਕਰਕੇ ਉਹ ਲੀਡਰ ਹੈ ਤੇ ਲੀਡਰ ਹੋਣ ਕਰਕੇ ਉਸ ਨੂੰ ਫੈਸਲੇ ਕਰਨੇ ਪੈਂਦੇ ਆ ਸੋ ਉਸ ਜ਼ਿੰਮੇਵਾਰੀ ਨਾਲ ਫੈਸਲਾ ਕਰਦਾ ਹੈ ਯੁੱਧ ਦੇ ਵਿੱਚ ਜਦੋਂ ਜਰਨੈਲ ਫੈਸਲਾ ਕਰਦਾ ਨਾ ਕਿਸੇ ਵੱਡੀ ਲੜਾਈ ਦਾ ਉਹਦੇ ਵਿੱਚ 10000 ਬੰਦਾ ਮਰਦਾ ਹੈ ਪਰੰਤੂ ਉਹ ਫੈਸਲਾ ਜਿਹੜਾ ਨਾ ਉਹ ਕਰਦਾ ਹੈ ਜਿਹੜੇ ਲੋਕ ਫੈਸਲਾ ਕਰਦੇ ਆ ਨਾ ਉਹ ਦੁਚਿੱਤੀ ਦਾ ਸ਼ਿਕਾਰ ਨਹੀਂ ਹੁੰਦੇ ਹੈਗੇ ਜੇਕਰ ਮੈਂ ਤਿੰਨ ਚਾਰ ਸਿਚੁਏਸ਼ਨ ਜੇ ਤੁਹਾਡੇ ਮਨ ਵਿੱਚ ਇਹ ਦੁਚਿੱਤੀ ਹੋਵੇ ਨਾ ਕਿ ਮੈਂ ਉੱਥੇ ਜਾਵਾਂ ਕਿ ਨਾ ਜਾਵਾਂ ਜਾਓ ਜੇ ਇਹ ਦੁਚਿੱਤੀ ਹੋਵੇ ਕਿ ਮੈਂ ਖਾਵਾਂ ਕਿ ਨਾ ਖਾਵਾਂ ਨਾ ਖਾਓ ਜੇ ਇਹ ਦੁਚਿੱਤੀ ਹੋਵੇ ਖਰਚਾਂ ਕਿ ਨਾ ਖਰਚਾਂ ਨਾ ਖਰਚੋ ਜੇ ਇਹ ਦੁਚਿੱਤੀ ਹੋਵੇ ਇਹਦੀ ਮਦਦ ਕਰਾਂ ਕਿ ਨਾ ਕਰਾਂ ਕਰੋ ਬਿਲਕੁਲ ਸੋ ਇਹ ਜਿਹੜੀਆਂ ਨਾ ਇਹ ਫੈਸਲੇ ਹੋਏ ਹੋਏ ਹਨ ਇਹ ਸੋਚਣ ਵਾਲੀ ਲੋੜ ਨਹੀਂ ਹੈਗੀ ਬਿਲਕੁਲ ਇੱਕ ਆਦਮੀ ਸੀ ਉਸਦੇ ਪੁੱਤਰ ਨੇ ਕੈਨੇਡਾ ਜਾਣਾ ਸੀ ਤੇ ਉਹ ਲੱਭ ਰਿਹਾ ਸੀ ਕੋਈ ਐਸਾ ਫੈਮਿਲੀ ਜਿਹੜੀ ਕੈਨੇਡਾ ਰਹਿੰਦੀ ਹੋਵੇ ਤੇ ਉਸਦੇ ਪੁੱਤਰ ਨੂੰ 5-7 ਦਿਨ ਆਪਣੇ ਘਰ ਰੱਖ ਲਵੇ ਉਹ ਸਟੱਡੀ ਵਿਜ਼ਿਟ ਤੇ ਜਾ ਰਿਹਾ ਸੀ ਉਹ ਕਿਸੇ ਦੇ ਭੋਗ ਤੇ ਗਿਆ ਉਸੇ ਭੋਗ ਤੇ ਉਸ ਨੂੰ ਆਪਣਾ ਇੱਕ ਪੁਰਾਣਾ ਜਮਾਤੀ ਮਿਲ ਗਿਆ ਹੂੰ ਜਿਹੜਾ ਕੈਨੇਡਾ ਵਿੱਚ ਰਹਿੰਦਾ ਸੀ ਉਸ ਨੇ ਆਪਣੀ ਸਮੱਸਿਆ ਉਸ ਨੂੰ ਦੱਸੀ ਉਸ ਨੇ ਕਿਹਾ ਪੰਜ-ਸੱਤ ਦਿਨ ਕੀ ਮੇਰੇ ਕੋਲ ਪ੍ਰੋਬਲਮ ਨਹੀਂ ਨਾ ਰਹੀ ਹੂੰ ਤੇ ਮੈਂ ਉਸ ਨੂੰ 에어ਪੋਰਟ ਤੋਂ ਮਿਲਿਆ ਆਵਾਂਗਾ ਮਤਲਬ ਉਹਦੀ ਸਮੱਸਿਆ ਹੱਲ ਹੋ ਗਈ ਸਮੱਸਿਆ ਹੱਲ ਤਾਂ ਹੋਈ ਕਿ ਉਸ ਨੇ ਜਾਵਾਂ ਕਿ ਨਾ ਜਾਵਾਂ ਉਸ ਦੁਚਿੱਤੀ ਨੂੰ ਜਿਹੜਾ ਸੀ ਉਹ ਦੂਰ ਕੀਤਾ ਕਿਸੇ ਦੇ ਸੁਖ ਵਿੱਚ ਜਾਓ ਨਾ ਜਾਓ ਪਰੰਤੂ ਉਹਦੇ ਦੁੱਖ ਵਿੱਚ ਜ਼ਰੂਰ ਜਾਓ ਇਹ ਜਿਹੜੇ ਹੁੰਦੇ ਹਨ ਨਾ ਰੱਖੜੀ ਹੈ ਜਾਂ ਦੀਵਾਲੀ ਹੈ ਇਹ ਮੌਕੇ ਹੁੰਦੇ ਹਨ ਪੁਰਾਣੀਆਂ ਦੁਸ਼ਮਣੀਆਂ ਜਾਂ ਪੁਰਾਣੀਆਂ ਰੁਸੇਵਾਂ ਜਿਹੜੇ ਹਨ ਨਾ ਉਹਨਾਂ ਨੂੰ ਦੂਰ ਕਰਨ ਤੇ ਜਾਣਾ ਚਾਹੀਦਾ ਹੈਗਾ ਜੇ ਕੋਈ ਬੰਦਾ ਤੁਹਾਡੇ ਦੁੱਖ ਵਿੱਚ ਆਗੇ ਤਾਂ ਉਸ ਨੂੰ ਪ੍ਰਵਾਨ ਕਰੋ ਜੇਕਰ ਤੁਹਾਡਾ ਕੋਈ ਉਸ ਨਾਲ ਮਨ ਮਟਾਉ ਹੈ ਉਸ ਨੂੰ ਦੂਰ ਕਰੋ 플ੌਟ ਲੈਣਾ ਮਿਸਾਲ ਦੇ ਤੌਰ ਤੇ ਚੰਗੀ ਕਲੋਨੀ ਵਿੱਚ ਲਓ ਭਾਵੇਂ ਛੋਟਾ ਲਓ ਕਲ ਉਹ ਨਹੀਂ ਚੰਗੇ ਹੋਣੀ ਚਾਹੀਦੀ ਹੈ ਮਕਾਨ ਜਿਹੜਾ ਹੈਗਾ ਜਾਂ ਉਹ ਕੰਮ ਵਾਲੀ ਥਾਂ ਦੇ ਨੇੜੇ ਹੋਣਾ ਚਾਹੀਦਾ ਹੈ ਜਾਂ ਉਹ ਬਾਜ਼ਾਰ ਦੇ ਨੇੜੇ ਹੋਣਾ ਚਾਹੀਦਾ ਹੈ ਕਈ ਲੋਕ ਪੁੱਛਦੇ ਨੇ ਮਕਾਨ ਪਵਾਵਾਂ ਕਿ ਨਾ ਪਵਾਵਾਂ ਵਿਆਹ ਕਰਾਂ ਕਿ ਨਾ ਕਰਾਂ ਬੱਚੇ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ ਇਹਦਾ ਸਿੰਪਲ ਜਵਾਬ ਹੈ ਜੋ ਬਹੁਤੀ ਦੁਨੀਆ ਕਰਦੀ ਆ ਉਹ ਠੀਕ ਹੁੰਦਾ ਹੈ ਹੂੰ ਜੋ ਬਹੁਤੀ ਦੁਨੀਆ ਕਰਦੀ ਹੈ ਉਹ ਠੀਕ ਹੁੰਦਾ ਹੈ ਬਹੁਤੀ ਦੁਨੀਆ ਵਿਆਹ ਕਰਦੀ ਹੈ ਹੂੰ ਬਹੁਤੀ ਦੁਨੀਆ ਦੇ ਬੱਚੇ ਹੁੰਦੇ ਆ ਬਹੁਤੀ ਦੁਨੀਆ ਆਪਣੇ ਮਕਾਨ ਵਿੱਚ ਰਹਿੰਦੀ ਹੈ ਹੂੰ ਫੈਸਲਾ ਕਰਨਾ ਹੈ ਵਿਆਹ ਕਰਨਾ ਵਿਆਹ ਰਾਜਧਾਨੀ ਵਾਲੇ ਪਾਸੇ ਕਰੋ ਰਾਜਧਾਨੀ ਵਾਲੇ ਪਾਸੇ ਰੋਜ਼ਗਾਰ ਜ਼ਿਆਦਾ ਹੁੰਦਾ ਹੈਗਾ ਵਿਆਹ ਜਿਹੜਾ ਹੈਗਾ ਮੰਗਣੇ ਤੋਂ 2-3 ਮਹੀਨਿਆਂ ਦੇ ਵਿੱਚ ਵਿੱਚ ਕਰ ਲੈਣਾ ਚਾਹੀਦਾ ਨਹੀਂ ਤਾਂ ਦੋਹਾਂ ਪਰਿਵਾਰਾਂ ਨੂੰ ਇੱਕ ਦੂਜੇ ਦੇ ਨੁਕਸ ਪਤਾ ਲੱਗਣ ਲੱਗ ਜਾਣਗੇ ਤੇ ਮੰਗਣੀ ਜਿਹੜੀ ਹੈ ਨਾ ਉਹ ਟੁੱਟ ਜਾਏਗੀ ਇੱਕ ਪਰਿਵਾਰ ਨੇ ਵਿਆਹ ਫਿਕਸ ਕੀਤਾ 10 ਮਹੀਨੇ ਬਾਅਦ ਜਿਵੇਂ ਲੇਡੀਜ਼ ਦੀ ਹਰਤ ਹੁੰਦੀ ਹੈ ਉਹਨਾਂ ਨੇ ਦਾਦ ਖਰੀਦਣਾ ਸ਼ੁਰੂ ਕਰ ਦਿੱਤਾ ਮਹੀਨੇ 'ਚ ਦਾਦ ਖਰੀਦ ਲਿਆ ਜਦੋਂ ਤਾਂ ਉਹਨਾਂ ਨੇ ਦੇਖਿਆ ਇਹ ਤਾਂ ਪੁਰਾਣਾ ਜਿਹਾ ਸਮਾਨ ਆਇਆਗਾ ਮਤਲਬ 2 ਮਹੀਨੇ ਬਾਅਦ ਉਹਨਾਂ ਨੂੰ ਆਪਣਾ ਖਰੀਦਿਆ ਹੋਇਆ ਦਾਦ ਹੀ ਪੁਰਾਣਾ ਲੱਗਣ ਲੱਗ ਪਿਆ ਫਿਰ ਖਰੀਦਿਆ ਉਹਨਾਂ ਨੇ ਤਿੰਨ ਵਾਰੀ ਦਾਦ ਖਰੀਦਿਆ ਠੀਕ ਤਰੀਕਾ ਤਾਂ ਇਹ ਸੀ ਕਿ ਵਿਆਹ ਦੇ ਨੇੜੇ ਖਰੀਦਣਾ ਚਾਹੀਦਾ ਸੋ ਅਸੀਂ ਬਹੁਤ ਸਾਰਾ ਜਿਹੜੀਆਂ ਫੈਸਲੇ ਕਰਨ ਦੀ ਯੋਗਤਾ ਜਿਹੜੀ ਹੈ ਨਾ ਹੋਰਾਂ ਲੋਕਾਂ ਦੇ ਅਨਪਾਵਾਂ ਤੋਂ ਵੀ ਪ੍ਰਾਪਤ ਕਰਦੇ ਹੈਗੇ। ਮੀਟਿੰਗ ਹੁੰਦੀ ਹੈ ਉਹਦਾ ਇੱਕ ਫੈਸਲਾ ਹੋਣਾ ਹੈ। ਫੈਸਲਾ ਤਾਂ ਹੀ ਹੋਣ ਦਿਓ ਜੇਕਰ ਉਹ ਫੈਸਲਾ ਤੁਹਾਡੇ ਚਾਹੇ ਅਨੁਸਾਰ ਹੋ ਰਿਹਾ ਹੈ। ਨਹੀਂ ਤਾਂ ਉਹਨਾਂ ਨੂੰ ਬਹਿਸ ਕਰਨ ਦਿਓ, ਕਰਨ ਦਿਓ, ਕਰਨ ਦਿਓ। ਮਿਸਾਲ ਦੇ ਤੌਰ ਤੇ ਤੁਸੀਂ ਕੋ ਆਪਾਂ ਨਾ ਸ਼ਰਮਾ ਜੀ ਨਹੀਂ ਆਏ ਹੈਗੇ ਉਹਨਾਂ ਦਾ ਵੀ ਪੁੱਛ ਲਈਏ ਉਹਨਾਂ ਦੀ ਕੀ ਮਰਜ਼ੀ ਹੈਗੀ ਆਪਾਂ ਅਗਲੀ ਵਾਰੀ ਫੈਸਲਾ ਅਗਲੀ ਵਾਰੀ ਵਿਚਾਰ ਵਟਾਂਦਰਾ ਕਰਾਂਗੇ ਸੋ ਫੈਸਲੇ ਹਰ ਕਿਸੇ ਨੂੰ ਕਰਨੇ ਪੈਣਗੇ ਕਰਨੇ ਚਾਹੀਦੇ ਹਨ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਇੱਕ ਪਰਿਵਾਰ ਸੀ ਉਹਦੇ ਵਿੱਚ ਤਿੰਨ ਧੀਆਂ ਸੀ ਤੇ ਪਤਨੀ ਜਿਹੜੀ ਸੀ ਪਤੀ ਨੂੰ ਕਹਿੰਦੀ ਸੀ ਕਿ ਧੀਆਂ ਜਵਾਨ ਹੋ ਗਈਆਂ ਹਨ ਆ ਨਵਾਂ ਸਤੇਕੀ ਲड़का ਲੱਭਵਾ ਤੇ ਪਤੀ ਕਹਿੰਦਾ ਸੀ ਜੋ ਕੁਝ ਕਰੇਗਾ ਵਾਹਿਗੁਰੂ ਕਰੇਗਾ ਉਹ ਵਾਈਫ ਜਿਹੜੀ ਸੀ ਪਤੀ ਨੂੰ ਕਹਿੰਦੀ ਸੀ ਵਾਹਿਗੁਰੂ ਕਿਉਂ ਕਰੇਗਾ ਮਤਲਬ ਜਿਹੜੀ ਜ਼ਿੰਮੇਵਾਰੀ ਸਾਡੀ ਹੈ ਜਿਹੜਾ ਫੈਸਲਾ ਅਸੀਂ ਕਰਨਾ ਉਹ ਅਸੀਂ ਹੀ ਕਰਨਾ ਹੈਗਾ ਸੋ ਉਹਦੇ ਵਿੱਚ ਹਿੰਮਤ ਸੀ ਤਾਂ ਉਹਨੇ ਫਿਰ ਚੈਲੰਜ ਹੀ ਕਰ ਦਿੱਤਾ ਜੇਕਰ ਤੁਸੀਂ ਨਹੀਂ ਨਿਪਟਾਉਂਦੇ ਮਾਮਲੇ ਨੂੰ ਤਾਂ ਮੈਂ ਆਪੇ ਸਾਰਾ ਫੈਸਲਾ ਕਰ ਲਵਾਂਗੇ ਸੋ ਇਸ ਤਰ੍ਹਾਂ ਕਈ ਵਾਰੀ ਧਮਕੀ ਦੇਣੀ ਪੈਂਦੀ ਹੈ ਕਈ ਵਾਰੀ ਕੋਈ ਕਹਿਣਾ ਪੈਂਦਾ ਬਿਲਕੁਲ ਸੋ ਉਸ ਨਾਲ ਫੈਸਲਾ ਜਿਹੜਾ ਨਾ ਉਹ ਕਰਨਾ ਫੈਸਲੇ ਕਰਨ ਦੀ ਹਿੰਮਤ ਪੈਦਾ ਕਰੋ ਪਲੈਨਿੰਗ ਕਰ ਲਓ ਵੇਖ ਲਓ ਜਿਵੇਂ ਮੈਂ ਤੁਹਾਨੂੰ ਦੱਸਿਆ ਪੈਸੇ ਕਿੰਨੇ ਹਨ ਸਮਾਂ ਕਿੰਨਾ ਹੈ ਮੈਨ ਪਾਵਰ ਕਿੰਨੀ ਹੈ ਇਹਦੀ ਲੋੜ ਕਿੰਨੀ ਹੈ ਇਹਦਾ ਮਹੱਤਵ ਕਿੰਨਾ ਇਹਨਾਂ ਸਾਰੀਆਂ ਗੱਲਾਂ ਨੂੰ ਸੋਚ ਕੇ ਵੱਡੇ ਫੈਸਲੇ ਹਮੇਸ਼ਾ ਸੋਚ ਸਮਝ ਕੇ ਕਰੋ ਕੰਸਲਟ ਕਰੋ ਭਾਵੇਂ ਨਝਾਨੋ ਕਰੋ ਪਰੰਤੂ ਫੈਸਲਾ ਆਪ ਕਰੋ ਫੈਸਲਾ ਕਰਕੇ ਉਸ ਤੋਂ ਮੁਕਰੋ ਨਾ ਬਿਲਕੁਲ ਫੈਸਲਾ ਕਰਕੇ ਉਹਨੂੰ ਲਾਗੂ ਕਰੋ ਲਾਗੂ ਕਰੋ ਤੁਸੀਂ ਨੇ ਸੁਣੀ ਲਈਆਂ ਸਾਰੀਆਂ ਗੱਲਾਂ ਬਾਤਾਂ ਪਰ ਅੱਜ ਕੱਲ ਸੋਸ਼ਲ ਮੀਡੀਆ ਤੇ ਲੋਕ ਬਹੁਤ ਕੁਝ ਲਿਖਦੇ ਪਏ ਨੇ ਤੇ ਸਰ ਨੇ ਇੱਕ ਹਾਸੇ ਜਿਵਾਲੀ ਗੱਲ ਸੁਣਾਈ ਸੀ ਉਹ ਕਹਿੰਦੇ ਕਿ ਜਦੋਂ ਲੋਕ ਆਪਣੇ ਘਰ ਦੀ ਸਫਾਈ ਕਰ ਲੈਂਦੇ ਆ ਤਾਂ ਉਸ ਕੂੜੇ ਨੂੰ ਡਸਟਬਿਨ ਚ ਨਹੀਂ ਪਾਉਂਦੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ ਤੇ ਬਿਲਕੁਲ ਉਦਾਂ ਹੀ ਬਹੁਤ ਸਾਰੀਆਂ ਚੀਜ਼ਾਂ ਉੱਥੇ ਆ ਰਹੀਆਂ ਨੇ ਤੇ ਫੈਸਲਿਆਂ ਬਾਰੇ ਮੈਂ ਅਕਸਰ ਪੜ੍ਹਦੀ ਹੁੰਨੀ ਆ ਕਿ ਕਹਿਣਗੇ ਜੇ ਦਿਲ ਤੇ ਦਿਮਾਗ ਦੋਨਾਂ 'ਚੋਂ ਚੁਣਨਾ ਪਵੇ ਤਾਂ ਜੋ ਦਿਲ ਕਹਿੰਦਾ ਏ ਉਹ ਫੈਸਲੇ ਲਾਗੂ ਕਰੋ ਪਰ ਸੰ ਨੇ ਕਿਹਾ ਕਿ ਸਿਆਣਪ ਅਕਲ ਤੇ ਗਿਆਨ ਨਾਲ ਫੈਸਲਾ ਕਰਨਾ ਚਾਹੀਦਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਫੈਸਲੇ ਕਰਨ ਵੇਲੇ ਸੋਚਣੀਆਂ ਪੈਂਦੀਆਂ ਨੇ ਕਿਸੇ ਦਾ ਨਫਾ ਨੁਕਸਾਨ ਆਪਣਾ ਨਫਾ ਨੁਕਸਾਨ ਇਹ ਸਾਰੀਆਂ ਚੀਜ਼ਾਂ ਵਿਚਾਰ ਅਧੀਨ ਆਉਂਦੀਆਂ ਨੇ ਤੇ ਨਾਲ ਦੀ ਨਾਲ ਇਹ ਵੀ ਹੈ ਕਿ ਵੱਡੇ ਹੋਣ ਤੱਕ 40 50 ਸਾਲ ਦੀ ਉਮਰ ਤੱਕ ਅਸੀਂ ਆਪਣੇ ਬੱਚਿਆਂ ਨੂੰ ਫੈਸਲਿਆਂ ਚ ਸਲਾਹਾਂ ਦਿੰਦੇ ਰਹਨੇ ਆ ਉਹ ਲਾਜ਼ਮੀ ਆ ਇੱਕ ਗਾਈਡੈਂਸ ਲਾਜ਼ਮੀ ਹੋਣੀ ਚਾਹੀਦੀ ਆ ਪਰ ਛੋਟੀ ਉਮਰ ਤੋਂ ਹੀ ਉਹਨਾਂ ਨੂੰ ਜੇ ਤੁਸੀਂ ਆਪਣੇ ਫੈਸਲੇ ਆਪ ਕਰਨ ਦੋਗੇ ਤਾਂ ਉਹ ਇਹ ਸਾਰੇ ਵਿਹਾਰਿਕ ਢੰਗ ਸਿੱਖ ਜਾਣਗੇ ਜਿਦੇ ਨਾਲ ਉਹ ਆਪਣੀ ਜ਼ਿੰਦਗੀ ਚ ਚੰਗੇ ਫੈਸਲੇ ਕਰ ਸਕਣਗੇ ਅਗਲੀ ਵਾਰ ਆਪਾਂ ਫਿਰ ਤੋਂ ਸਰ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ